ਅੱਜ ਜੂ ਡਰਾਈਵਰ ਇੱਕ ਦੀ ਗੱਲ ਅੱਜ ਇੰਨੀ ਐਮਰਜੈਂਸੀ ਅੱਜ ਤੁਹਾਨੂੰ ਡਰਾਈਵਰ ਭਾਵੇਂ ਹਾਇਰ ਕਰਦੇ ਭਾਵੇਂ ਕਿਸੇ ਐਨ ਜੀ ਓ ਤੋਂ ਲੈਂਦੇ ਕਿਸੇ ਕੋਲ ਆਪਾਂ ਡਰਾਈਵਰ ਲੈ ਕੇ ਰੱਖ ਦਿੰਦੇ ਇਹ ਕਿਹੜਾ ਕੰਮ ਸੀ ਠੀਕ ਹੈ ਅੱਜ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਟੀਮ ਨਾਲ ਮੀਟਿੰਗ ਕਰਨ ਪਹੁੰਚੇ ਸੀ ਕਿ ਇਸ ਕਰੋਨਾ ਵਾਇਰਸ ਦੀ ਜੰਗ ਨਾਲ ਜਿਹੜੀ ਮਹਾਂਮਾਰੀ ਚੱਲ ਰਹੀ ਉਹਦੇ ਨਾਲ ਲੜਨ ਲਈ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਦੇ ਦੌਰਾਨ ਹੀ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਕਿ ਜਿਹੜੀ ਸਾਂਸਦ ਵੱਲੋਂ ਪਿਛਲੇ ਸਾਲ ਇੱਕ ਐਂਬੂਲੈਂਸ ਸਿਵਲ ਹਸਪਤਾਲ ਨੂੰ ਦਿੱਤੀ ਗਈ ਸੀ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਇਹ ਉਹ ਐਂਬੂਲੈਂਸ ਹੈ ਜਿਹੜੀ ਸਿਵਲ ਹਸਪਤਾਲ ਨੂੰ ਗੁਰਜੀਤ ਸਿੰਘ ਔਜਲਾ ਵੱਲੋਂ ਡੋਨੇਟ ਕੀਤੀ ਗਈ ਸੀ ਜਿਹੜੀ ਕਿ ਇੱਕ ਸਾਲ ਤੋਂ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਹੀ ਖੜੀ ਹੈ ਹਾਲਾਂਕਿ ਜਦੋਂ ਗੁਰਜੀਤ ਸਿੰਘ ਔਜਲਾ ਵੱਲੋਂ ਇੱਥੇ ਆ ਕੇ ਮੌਕੇ 'ਤੇ ਆ ਕੇ ਵੀ ਜਾਇਜ਼ਾ ਲਿੱਤਾ ਗਿਆ ਤਾਂ ਦੇਖਿਆ ਕਿ ਐਂਬੂਲੈਂਸ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਖੜੀ ਹੈ ਅਤੇ ਐਂਬੂਲੈਂਸ ਇੱਕ ਸਾਲ ਤੋਂ ਇੱਥੇ ਚਿੱਟਾ ਹਾਥੀ ਬਣੀ ਖੜੀ ਹੈ ਜਦੋਂ ਔਜਲਾ ਸਾਹਿਬ ਨੇ ਮੈਡੀਕਲ ਟੀਮ ਨਾਲ ਜਿਹੜੀ ਗੱਲਬਾਤ ਕੀਤੀ SMO ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਹੋਸਪਿਟਲ ਦੀ ਟੀਮ ਕੋਲ ਜਿਹੜਾ ਡਰਾਈਵਰ ਦੀ ਕਮੀ ਹੈ ਜਿਸ ਕਰਕੇ ਉਹਨਾਂ ਨੂੰ ਐਂਬੂਲੈਂਸ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਹੀ ਖੜੀ ਹੈ ਅਸੀਂ ਗੱਲਬਾਤ ਕਰਦੇ ਹਾਂ ਔਜਲਾ ਸਾਹਿਬ ਨਾਲ ਇੱਕ ਸਾਲ ਤੋਂ ਐਂਬੂਲੈਂਸ ਤੁਸੀਂ ਦਿੱਤੀ ਸੀ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਖੜੀ ਕੀ ਕਾਰਨ ਉਸੇ ਤਰ੍ਹਾਂ ਦੀ ਨਹੀਂ ਖੜੀ ਇਹਨਾਂ ਕੋਲ ਡਾਕਟਰ ਡਰਾਈਵਰ ਘੱਟ ਗਏ ਡਰਾਈਵਰ ਘਟਣ ਕਰਕੇ ਇਹ ਹੁਣ ਐਂਬੂਲੈਂਸ ਖੜੀ ਆ ਔਰ ਇਹਨਾਂ ਦੀ ਗਲਤੀ ਹੈ ਕਿ ਡਰਾਈਵਰ ਇਹਨਾਂ ਨੂੰ ਰੱਖਣਾ ਚਾਹੀਦਾ ਸੀ ਹੁਣ ਕਿਉਂਕਿ ਜਿੱਦਾਂ ਦੀ ਐਮਰਜੈਂਸੀ ਚੱਲ ਰਹੀ ਹੈ ਪਰ ਇਹਨਾਂ ਦੀ ਆਪਸੀ ਤਾਲਮੇਲ ਦੀ ਕਮੀ ਆ ਜਿਹਦੇ ਕਰਕੇ ਇਹ ਨਹੀਂ ਚੱਲ ਸਕੀ ਸੋ ਜਦੋਂ ਹੁਣ ਮੀਟਿੰਗ ਲੈਣਾ ਮੈਂ ਤਾਂ ਤਾਰੀਫ ਕਰਦਾ ਡਾਕਟਰ ਦੇ ਸਾਰੇ ਕੰਮਾਂ ਦੀ ਆਲਵੇਜ਼ ਕਰਦਾ ਹਾਂ ਕਿ ਜਿਹੜਾ COVID-19 ਦੇ ਵਿੱਚ ਜੋ ਇਹਨਾਂ ਨੇ ਰੋਲ ਅਦਾ ਕੀਤਾ ਪ੍ਰਸ਼ਾਸਨ ਦੇ ਨਾਲ ਰਲ ਕੇ ਚਾਹੇ ਪੁਲਿਸ ਮੁਲਾਜ਼ਮਾਂ ਦਾ ਹੋਵੇ ਚਾਹੇ ਡਾਕਟਰ ਸਾਹਿਬਾਨ ਦਾ ਸਰ ਸਲਿਊਟ ਦੇ ਕਾਬਲ ਹੈ ਔਰ ਸਾਡੇ ਵੀ ਕੁਆਰੰਟਾਈਨ ਕਹਿ ਰਿਹਾ ਸਕਰੀਨਿੰਗ ਸ਼ੁਰੂ ਕੀਤੀ ਸ਼ਹਿਰ ਦੇ ਵਿੱਚ ਤਕਰੀਬਨ ਤੁਸੀਂ ਦੇਖੋਗੇ ਬੜੇ ਵੱਡੇ ਤੌਰ ਦੇ ਉੱਤੇ ਸਿਵਲ ਸਰਜਨ ਦੀ ਰਹਿਨਮਾਈ ਦੀ ਇੱਥੇ 42 ਟੀਮਾਂ ਬਣੀਆਂ ਮੈਂ ਤਾਂ ਉਹਨਾਂ ਨੂੰ ਤਾਰੀਫ ਕਰਨਾ ਹੈ ਉਹਨਾਂ ਨੂੰ ਸ਼ਾਬਾਸ਼ ਦੇਣਾ ਹੈ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਉਹਦੇ ਨਾਲ ਨਾਲ N95 ਮਾਸਕ ਜਿਵੇਂ ਇਹਨਾਂ ਨੇ ਨਿਊਜ਼ ਲੱਗੀ ਸੀ ਕਿ ਉਹ ਨਹੀਂ ਆਏ ਪਰ ਉਹ ਵੀ ਇੱਕ ਮਿਸਮੈਨੇਜਮੈਂਟ ਸੀ ਇਹਨਾਂ ਦੀ ਸਿਵਲ ਸਰਜਨ ਕੋਲ 3000 ਮਾਸਕ ਪਿਆ ਉਹ ਕਹਿੰਦੇ ਮੇਰੇ ਕੋਲ ਡਿਮਾਂਡ ਹੀ ਨਹੀਂ ਮੈਂ ਕਿਵੇਂ ਭੇਜਾਂ ਜਦਕਿ ਇਹ ਕਹਿੰਦੇ ਅਸੀਂ ਡਿਮਾਂਡ ਭੇਜੀ ਹੁਣ ਕਿੱਥੇ ਕੈਬ ਸੀ ਉਹ ਦੱਸ ਸਕਦੇ ਉਸੇ ਤਰੀਕੇ ਨਾਲ ਇਹ ਮੀਡੀਆ ਰਾਹੀਂ ਉੱਥੇ ਸਵਾਲ ਕੀਤਾ ਗਿਆ ਕਿ ਤੁਹਾਡੂ ਐਂਬੂਲੈਂਸ ਖੜੀ ਸੋ ਉਹ ਮੌਕੇ 'ਤੇ ਆ ਕੇ ਵੇਖਿਆ ਵਾਕਈ ਉਹ ਖੜੀ ਸੀ ਤਾਂ ਇਹਦਾ ਵੀ ਜਿਹੜਾ ਸਵਾਲ ਸੀ ਉੱਥੇ ਹੀ ਖੜਾ ਆ ਕਿ ਇਹਨਾਂ ਕੋਲ ਇਸ ਗੱਲ ਦਾ ਵੀ ਜਵਾਬ ਹੈ ਨਹੀਂ ਕਿਉਂਕਿ ਉਹ ਕਹਿ ਰਹੇ ਜੀ ਡਾਕਟਰ ਹੈ ਨਹੀਂ ਗਾ ਸੋਰੀ ਡਰਾਈਵਰ ਹੈ ਨਹੀਂ ਗਾ ਡਰਾਈਵਰ ਰੱਖਾਂਗੇ ਆਊਟਸੋਰਸ ਕਰਾਂਗੇ ਕਿੰਨੇ ਕਰਨੇ ਆ ਇਹਨਾਂ ਕਰਨੇ ਗਲਤੀ ਤਾਂ ਬਹੁਤ ਵੱਡੀ ਹੈ ਪਰ ਮੈਂ ਇਹਨੂੰ ਇੱਥੇ ਹੀ ਛੱਡਣਾ ਚਾਹੁੰਦਾ ਮੇਰੀ ਇੱਕ ਹੀ ਬੇਨਤੀ ਆ ਕਿ ਅੱਜ ਕਰੋਨਾ ਵਾਇਰਸ ਨਾਲ ਅਸੀਂ ਜੰਗ ਲੜ ਰਹੇ ਹਾਂ ਆਪਣਾ ਧਿਆਨ ਅਸੀਂ ਡਿਵਰਟ ਨਹੀਂ ਕਰਨਾ ਨਾ ਅਸੀਂ ਇਹਨਾਂ ਦਾ ਹੋਣ ਦੇਣਾ ਚਲੋ ਗਲਤੀ ਹੋ ਗਈ ਆ ਉਹਨਾਂ ਮੰਨ ਲਈ ਵੀ ਸਾਡੀ ਗਲਤੀ ਆ ਅਸੀਂ ਅੱਗੇ ਤੋਂ ਇਹਦਾ ਧਿਆਨ ਰੱਖਾਂਗੇ ਉਹ ਡਾਕਟਰ ਡਰਾਈਵਰ ਤੁਸੀਂ ਅਰੇਂਜ ਕਰਾ ਕੇ ਦੋਗੇ ਜਾਂ ਡਾਕਟਰ ਨਹੀਂ ਉਹ ਇਹਨਾਂ ਨੇ ਕਰਨਾ ਹੁੰਦਾ ਮੇਰਾ ਇਹਦੇ 'ਚ ਕੁਝ ਨਹੀਂ ਹੈਗਾ ਉਹ ਇਹਨਾਂ ਨੇ ਲਿਖ ਕੇ ਦਿੱਤਾ ਈਵਨ ਕਿ ਇਹਨਾਂ ਨੇ ਆਡਿਟ ਵੀ ਜਦੋਂ ਹੋਇਆ ਉਦੋਂ ਵੀ ਲਿਖ ਕੇ ਦਿੱਤਾ ਵੀ ਐਂਬੂਲੈਂਸ ਚੱਲ ਰਹੀ ਡਰਾਈਵਰ ਹੈਗਾ ਕਿਤੇ ਇਹਨਾਂ ਉਦੋਂ ਵੀ ਨਹੀਂ ਕਿਹਾ ਵੀ ਨਹੀਂ ਹੈਗਾ ਸੋ ਉਹਨੂੰ ਕਰਾ ਕੇ ਦੋ ਸੋ ਇਹ ਸੀ ਗੁਰਜੀਤ ਸਿੰਘ ਔਜਲਾ ਕਿਤੇ ਨਾ ਕਿਤੇ ਉਹਨਾਂ ਨੇ ਹੁਣ ਵੀ ਇਹ ਗੱਲ ਕਹੀ ਕਿ ਉਹ ਡਾਕਟਰਸ ਦੀ ਟੀਮ ਦਾ ਹਜੇ ਵੀ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਕਿ ਜਿਹੜੀ ਉਹ ਕਰੋਨਾ ਵਰਗੀ ਜੰਗ ਨਾਲ ਲੜਨਦੇ ਆ ਲੇਕਿਨ ਕਿਤੇ ਜਿਹੜੀ ਇਹ ਛੋਟੀ ਗਲਤੀ ਹੋਈ ਆ ਡਰਾਈਵਰ ਦੀ ਜਿਹੜੀ ਉਹਨਾਂ ਦਾ ਕਹਿਣਾ ਕਿ ਇਹਨਾਂ ਦੀ ਆਪਸ 'ਚ ਮਿਸਮੈਨੇਜਮੈਂਟ ਹੋਈ ਆ ਉਹਨੂੰ ਉਹ ਅੱਗੇ ਤੋਂ ਸੁਧਾਰਨਗੇ ਮੁਕੇਸ਼ ਮਹਿਰਾ ਸੁਰਖਾਵ TV ਅੰਮ੍ਰਿਤਸਰ